ਪਾਕਿਸਤਾਨ ਤੋਂ ਆਇਆ ਨਸ਼ਾ ਜਿੱਥੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ, ਉੱਥੇ ਹੀ ਹੁਣ ਪਾਕਿਸਤਾਨ ਤੋਂ ਸੂਰ ਵੀ ਆਉਣ ਲੱਗੇ ਨੇ, ਜੋ ਹੁਣ ਪੰਜਾਬ ਦੀ ਕਿਸਾਨੀ ਨੂੰ ਉਜਾੜਨ ਦੇ ਵਿੱਚ ਲੱਗੇ ਹੋਏ ਨੇ। ਜੀ ਹਾਂ, ਦੱਸ ਦਈਏ ਕਿ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਪਾਕਿਸਤਾਨ ਤੋਂ ਸੂਰ ਪੰਜਾਬ ਦੇ ਖੇਤਾਂ ਦੇ ਵਿੱਚ ਐਂਟਰ ਹੋ ਰਹੇ ਨੇ, ਅਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਜੋ ਕਿਸਾਨਾਂ ਦੇ ਵੱਲੋਂ ਸਖ਼ਤ ਮਿਹਨਤ ਕਰਕੇ ਆਪਣੀਆਂ ਫਸਲਾਂ ਪੁੱਤਾਂ ਦੇ ਵਾਂਗ ਪਾਲੀਆਂ ਹੋਈਆਂ ਨੇ, ਉਹਨਾਂ ਦਾ ਉਜਾੜਾ ਕੀਤਾ ਜਾ ਰਿਹਾ, ਜਿਸ ਦੇ ਕਾਰਨ ਹੁਣ ਕਿਸਾਨਾਂ ਦੇ ਵੱਲੋਂ ਜੋ ਡਿਪਟੀ ਕਮਿਸ਼ਨਰ ਹੈ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਦੇ ਵਿੱਚ ਇਹਨਾਂ ਸੂਰਾਂ ਤੋਂ ਨਿਜਾਤ ਦਿਵਾਉਣ ਦੀ ਅਪੀਲ ਕੀਤੀ ਗਈ ਹੈ। ਦਰਅਸਲ ਮਾਮਲਾ ਪੰਜਾਬ ਦੇ ਫਾਜ਼ਿਲਕਾ ਤੋਂ ਸਾਹਮਣੇ ਆਇਆ, ਜਿੱਥੇ ਕਿ ਅੱਜ ਕੱਲ੍ਹ ਸੂਰਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ। ਸੂਰਾਂ ਦੇ ਵੱਲੋਂ ਜੋ ਹੈ ਉਹ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕੀਤਾ ਜਾ ਰਿਹਾ। ਆਲਮ ਇਹ ਹੈ ਕਿ ਇੱਕ ਕਿਸਾਨ ਦੀ ਸਾਰੀ ਹੀ ਮੱਕੀ ਦੀ ਫਸਲ ਜੋ ਹੈ ਉਹ ਜ਼ਮੀਨ ਦੇ ਉੱਤੇ ਵਿਛਾ ਦਿੱਤੀ ਹੈ, ਅਤੇ ਡਰ ਦੇ ਮਾਰੇ ਹੁਣ ਕਿਸਾਨ ਆਪਣੀ ਜ਼ਮੀਨ 'ਤੇ ਵੀ ਨਹੀਂ ਜਾ ਸਕਦਾ। ਉਸਦਾ ਕਹਿਣਾ ਹੈ ਕਿ ਕਿਤੇ ਜੰਗਲੀ ਸੂਰ ਉਹਨਾਂ ਦੇ ਉੱਤੇ ਹਮਲਾ ਨਾ ਕਰ ਦੇਣ। ਇਸੇ ਦੌਰਾਨ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਹੈ, ਜਿਸ ਦੇ ਵਿੱਚ ਜੰਗਲੀ ਸੂਰ ਝੁੰਡਾਂ ਦੇ ਵਿੱਚ ਭੱਜਦੇ ਹੋਏ ਪੰਜਾਬ ਦੇ ਖੇਤਾਂ 'ਚ ਨਜ਼ਰ ਆ ਰਹੇ ਨੇ। ਕਿਸਾਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਇਹ ਜਿਹੜੇ ਸੂਰ ਨੇ ਜੰਗਲੀ, ਇਹ ਪਾਕਿਸਤਾਨ ਵਾਲੇ ਪਾਸੇ ਤੋਂ ਪੰਜਾਬ ਦੇ ਵੱਲ ਐਂਟਰ ਹੁੰਦੇ ਨੇ, ਅਤੇ ਫਿਰ ਫਸਲਾਂ ਦਾ ਉਜਾੜਾ ਕਰਕੇ ਮੁੜ ਤੋਂ ਵਾਪਸ ਪਾਕਿਸਤਾਨ ਵਾਲੇ ਪਾਸੇ ਚਲੇ ਜਾਂਦੇ ਨੇ, ਜਿਸ ਤੋਂ ਬਾਅਦ ਹੁਣ ਕਿਸਾਨ ਕਾਫੀ ਚਿੰਤਤ ਨਜ਼ਰ ਆ ਰਹੇ ਨੇ, ਅਤੇ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਸੂਰਾਂ ਦਾ ਕੋਈ ਹੱਲ ਕੀਤਾ ਜਾਵੇ। ਦੂਜੇ ਪਾਸੇ ਇੱਕ ਕਿਸਾਨ ਦਾ ਇਹ ਵੀ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਸੂਰਾਂ ਨੂੰ ਮਾਰਨ ਦੀ ਗੱਲ ਕਰਦੀ ਹੈ, ਪਰ ਜਦੋਂ ਉਹਨਾਂ ਦੇ ਵੱਲੋਂ ਅਜਿਹਾ ਕੋਈ ਕਦਮ ਚੁੱਕਿਆ ਜਾਂਦਾ ਤਾਂ ਉਹਨਾਂ ਦੇ ਉੱਤੇ ਮਾਮਲੇ ਦਰਜ ਕਰ ਦਿੱਤੇ ਜਾਂਦੇ ਨੇ। ਮੱਕੀ ਸੀ ਜੀ ਮੇਰੀ ਪੂਰੀ ਦੀ ਪੂਰੀ ਤਬਾਹ ਕਰਤੀ, ਗਦੇਲਾ ਵਿਛਾ ਕੇ ਉੱਤੇ ਬਹਿੰਦੇ ਹੋ, ਪੂਰੀ ਤਬਾਹ ਹੋ ਗਈ, ਅਤੇ ਹੁਣ ਰਾਤ ਨੂੰ ਅਸੀਂ ਗੇੜਾ ਮਾਰ ਨਹੀਂ ਜਾ ਸਕਦੇ ਸਰ, ਖੇਤ ਨਰਮੇ ਚਕਾਈ ਨਹੀਂ ਕਰ ਸਕਦੇ, ਨਰਮੇ ਖੇਤ 'ਚ ਕੁੰਡਾ ਤਾਂ ਹੋਈ ਜਾਵੇ ਨੁਕਸਾਨ, ਅਸੀਂ ਡਰਦੇ ਨਹੀਂ ਜਾ ਸਕਦੇ। ਮਤਲਬ ਕਿ ਸੂਰਾਂ ਦਾ ਕਬਜ਼ਾ ਹੋ ਗਿਆ? ਹਾਂ, ਸੂਰਾਂ ਦਾ ਕਬਜ਼ਾ ਹੈ ਜੀ, ਜਾ ਕੇ ਵੇਖਿਆ ਜਾਵੇ, ਇਹ ਨਹੀਂ ਹੈ ਤਾਂ ਕਾਲੇ ਨਹੀਂ ਛੱਡਦੇ, ਵੱਟਾਂ ਨਹੀਂ ਛੱਡਦੇ, ਫਸਲ ਨਹੀਂ ਛੱਡਦੇ, ਹੁਣ ਚੋਣੀਆਂ ਲਾਵਾਂਗੇ ਤਾਂ ਉਹਨਾਂ ਦੇ ਨਾਲ ਬੱਚੇ ਵੀ ਹੋਣਗੇ ਸਰ, ਵੱਟਾਂ ਮਿਟਾ ਦਿੰਦੇ ਉਹ ਆਦੀਆਂ ਵੀ, ਅਸੀਂ ਤਾਂ ਨਹੀਂ ਵੜਦੀਆਂ ਨਰਮੇ 'ਚ, ਪਤਾ ਨਹੀਂ ਸਰ ਕਿੱਥੋਂ ਆ ਰਿਹਾ ਜੀ, ਸੂਰੀ ਸੂਰ ਹੀ ਹੈ ਤਾਂ 500 10 10 12 12 ਬੱਚੇ ਦਿੰਦੀ, ਦੱਸੋ ਇੰਨਾ ਬੁਰਾ ਹਾਲ ਮਚਾ ਸਕਦੇ ਸਾਡੇ ਤੱਕ, ਅਸੀਂ ਨਹੀਂ ਜੰਗਲੀ ਸੂਰ ਨੇ ਕਿੱਥੋਂ ਆ ਰਹੇ ਨੇ, ਕਿ ਪਾਕਿਸਤਾਨ ਤੋਂ ਆ ਰਹੇ, ਹੋਰ ਆਪਣੇ ਹਿੰਦੁਸਤਾਨ 'ਚ ਕਿੱਥੇ ਸੀ? ਪਹਿਲਾਂ ਇੱਕ ਦੋ ਸੀਗੇ, ਥੋੜੇ ਸੀ, ਹੌਲੀ ਹੌਲੀ। ਤੁਹਾਡੀ ਕਿੰਨੀ ਜ਼ਮੀਨ ਦੇ ਉੱਪਰ ਸੂਰਾਂ ਦਾ ਕਬਜ਼ਾ ਹੈ? ਸਾਡੇ ਤਾਂ ਦੋਧੇ ਵਾਲੇ ਤਾਂ ਪੂਰੀ ਤੇ ਹੀ ਹੈ ਜੀ, ਏਕੜ ਦਾ ਪੂਰਾ ਪਿੰਡ 'ਚ ਹੀ ਹੈ, ਕਿੰਨਾ ਏਕੜ ਹੋ ਗਿਆ, ਸਾਰੇ ਇਹ ਦਹਿਸ਼ਤ ਫੈਲੀ ਪਈ ਹੈ, ਹਰ ਬੰਦਾ ਡਰ ਰਿਹਾ ਜੀ। ਤੁਹਾਡਾ ਆਰਥਿਕ ਨੁਕਸਾਨ ਕਿੰਨਾ ਹੋ ਗਿਆ? ਆ ਸਾਡਾ ਤਾਂ 1 ਕਿੱਲਾ ਤਾਂ ਮੱਕੀ ਤਾਂ ਸਾਡੀ ਤਬਾਹ ਕਰਤੀ ਜੀ, ਬਾਕੀ ਨਾ ਸਬਜ਼ੀ ਛੱਡਦੇ ਹੈ, ਨਾ ਕੋਈ ਹੋਰ ਪੱਠੇ ਛੱਡਦੇ ਹੈ, ਨਾ ਲੈਣਾ ਨਾ ਦੇਣਾ, ਦੱਸੋ ਕਰੀਏ ਕੀ, ਕਿਹੜੇ ਕੋਈ ਮੱਕੀ ਤਾਂ ਅਸੀਂ ਬੀਜਣੀ ਛੱਡਤੀ ਜੀ ਡਰਦਿਆਂ ਨੇ। ਮੇਰਾ ਨਾਮ ਓਮ ਪ੍ਰਕਾਸ਼ ਹੈ ਜੀ, ਪਿੰਡ ਦੋਦੇ ਵਾਲਾ, 20-25 ਝੁੰਡ ਨੇ ਜੀ ਹਰ ਪਿੰਡ ਦੇ ਵਿੱਚ, ਬੁਰਾ ਹਾਲ ਮਚਾ ਦਿੰਦੇ ਅਵਾਰਾ ਪਸ਼ੂਆਂ ਤੇ ਜਿਹੜਾ ਜੰਗਲੀ ਸੂਰਾਂ ਕਰਕੇ। ਉਹ ਅੱਜ ਦਿੱਤਾ SS ਮੈਡਮ DC ਨੂੰ ਵੀ ਮਿਲੇ ਹਾਂ, ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਵੀ ਜਲਦੀ ਇਹਨਾਂ 'ਤੇ ਗੌਰ ਕੀਤੀ ਜਾਊਗੀ, ਜਿਹੜੇ ਅਵਾਰਾ ਪਸ਼ੂ ਆ ਉਹਨਾਂ ਨੂੰ ਵੀ ਪਿੰਡਾਂ 'ਚੋਂ ਫੜ ਕੇ ਜਿਹੜੀਆਂ ਗਊਸ਼ਾਲਾ ਉਹਨਾਂ 'ਚ ਛੱਡਿਆ ਜਾਊਗਾ, ਅਤੇ ਸੂਰਾਂ ਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਊਗਾ। ਸੋ ਉਦੋਂ ਬਾਅਦ ਫਿਰ SSP ਸਾਹਿਬ ਨੂੰ ਵੀ ਮਿਲੇ ਆ, ਉਹਨਾਂ ਨੇ ਵੀ ਆਪਦੇ ਨਾਕਿਆਂ 'ਤੇ ਜਿਹੜੇ ਰਾਜਸਥਾਨ ਦੇ ਬਾਰਡਰ ਪੈਂਦੇ ਉਹਨਾਂ 'ਤੇ ਕਾਲ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ ਇਹ ਨਾਕੇ ਥੋੜ੍ਹੇ ਸਖ਼ਤ ਕੀਤੇ ਜਾਣ, ਇੱਧਰੋਂ ਜਿਹੜਾ ਕੋਈ ਮੰਨ ਲਓ ਰਾਜਸਥਾਨ 'ਚੋਂ ਅਵਾਰਾ ਪਸ਼ੂ ਆਉਂਦਾ ਉਹ ਬੰਦ ਕੀਤਾ ਜਾਵੇ। ਜੇ ਜੰਗਲੀ ਸੂਰਾਂ ਦੀ ਗੱਲ ਕਰ ਲਈਏ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਇਲਾਕੇ ਦਾ ਕਰ ਚੁੱਕੇ ਨੇ ਹੁਣ ਤੱਕ ਦੀ? ਜੰਗਲੀ ਸੂਰ ਬਹੁਤ ਨੁਕਸਾਨ ਕਰਦੇ, ਜੰਗਲੀ ਸੂਰ ਦੇਖੋ ਪਸ਼ੂ ਅਵਾਰਾ ਪਸ਼ੂ ਹੁੰਦੇ ਆ ਨਾ, ਚਲੋ ਖੇਤ 'ਚ ਫਿਰਦੇ ਆ, ਇਕੱਲਾ ਬੰਦਾ ਜਾ ਕੇ ਉਹਨਾਂ ਨੂੰ ਕੱਢਦੇ ਉਹ ਨਿਕਲ ਜਾਂਦੇ ਆ, ਪਰ ਜਿਹੜੇ ਸੂਰ ਆ ਨਾ, ਸੂਰ ਨੂੰ ਇਕੱਲਾ ਬੰਦਾ ਆਪਦੇ ਖੇਤ 'ਚੋਂ ਨਹੀਂ ਕੱਢ ਸਕਦਾ ਉਹ, ਕਿਉਂਕਿ ਅੱਗੋਂ ਮਾਰਦੇ ਵੀ ਆ ਉਹ,
ਜੇ ਹੁਣ ਮੰਨ ਲਓ ਕੋਈ ਰਾਤ ਬਰਾਤੇ ਹੁਣ ਪਾਣੀ ਦੀਆਂ ਵਾਰੀਆਂ ਹੁੰਦੀਆਂ ਰਾਤ ਨੂੰ, ਜਾਂ ਵੈਸੇ ਅਸੀਂ ਗੇੜਾ ਮਾਰਨ ਜਾਂਦੇ ਹਾਂ ਕਈ ਵਾਰੀ ਖੇਤ, ਇਕੱਲਾ ਬੰਦਾ ਖੇਤ ਨਹੀਂ ਜਾ ਸਕਦਾ ਜਿਹੜੇ ਏਰੀਏ 'ਚ ਸੂਰ ਰਹਿੰਦੇ ਆ। ਕਿੰਨੀ ਕੁ ਸੰਖਿਆ ਦੇ ਅੰਦਰ ਹੈ ਸੂਰ? ਦੇਖੋ ਇਹ ਝੁੰਡ ਹੁੰਦੇ ਆ ਜੀ, ਇਹਨਾਂ ਦੇ ਦਸ ਦਸ ਪੰਦਰਾਂ ਪੰਦਰਾਂ ਦੇ ਅੱਡੋ ਅੱਡੀ ਪਿੰਡਾਂ 'ਚ ਆ ਇਹ, ਜਿਵੇਂ ਢਾਬਾ ਕੋਕਰੀਆਂ ਹੋ ਗਈਆਂ, ਦੋਦੇ 'ਚ ਵੀ ਹੈਗੇ ਆ, ਕੇਰਾ ਖੇੜਾ ਬੱਲੂਆਣਾ ਬਹਾਦਰ ਖੇੜੇ 'ਚ ਵੀ ਹੈਗੇ, ਕਈ ਪਿੰਡਾਂ 'ਚ ਆ ਇਹ। ਦੇਖੋ ਸਾਡੇ ਕਈ ਪਿੰਡ ਇੱਦਾਂ ਦੇ ਆ ਜਿੱਥੇ ਨਰਮੇ ਦੀ ਬਿਜਾਈ ਹੁੰਦੀ ਆ, ਅਤੇ ਨਰਮੇ ਦੀ ਬਿਜਾਈ ਹੁਣ ਡਰਦੇ ਜਿਹੜੇ ਮਤਲਬ ਆਪਣੀ ਲੇਬਰ ਆ, ਆਪਣੀ ਲੇਬਰ ਨਹੀਂ ਆ ਰਹੀ, ਡਰਦੀ ਵੀ ਕੀ ਪਤਾ ਕਿੱਥੇ ਸੂਰ ਬੈਠਾ ਹੋਵੇ, ਕਿੱਥੋਂ ਟੱਕਰ ਮਾਰਦੇ, ਕਿਉਂਕਿ ਇਹਨਾਂ ਦੀ ਟੱਕਰ ਬਹੁਤ ਖਤਰਨਾਕ ਹੁੰਦੀ ਹੈ, ਬੰਦੇ ਦੀ ਜਾਨ ਵੀ ਲੈ ਸਕਦੀ। ਹੁਣ ਤੱਕ ਕੋਈ ਨੁਕਸਾਨ ਹੋਇਆ ਜੀ ਕਿਸ ਦਾ? ਨਹੀਂ, ਨੁਕਸਾਨ ਫਸਲਾਂ ਦਾ ਤਾਂ ਕਾਫੀ ਹੋਇਆ, ਹਜੇ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਕੋਈ ਸਾਡੇ ਸੁਣਨ 'ਚ ਆਇਆ, ਪਰ ਫਸਲਾਂ ਦਾ ਨੁਕਸਾਨ ਉਹਨਾਂ ਨੇ ਕਾਫੀ ਹੱਦ ਤੱਕ ਕਰਤਾ। ਠੀਕ ਹੈ। ਦੇਖੋ ਜੀ, ਜਿਵੇਂ ਕਿੱਲਾ ਕਿਸੇ ਦਾ ਕਰਤਾ, ਕਿੱਲਾ ਕਿਸੇ ਦਾ ਕਰਤਾ, ਇੱਦਾਂ ਕਰਕੇ ਕਈ ਪਿੰਡਾਂ 'ਚੋਂ ਨੁਕਸਾਨ ਸਾਹਮਣੇ ਆਏ। ਜਿਵੇਂ ਹੁਣ ਆਪਣੇ ਚੌਧਰੀ ਸਾਹਿਬ ਖੜ੍ਹੇ ਆ ਇੱਧਰ, ਇਹਨਾਂ ਦੇ ਇੱਕ ਕਿੱਲਾ ਮੱਕੀ ਸੀ, ਉਹ ਸਾਰੀ ਤਹਿਸ ਨਹਿਸ ਕਰਕੇ ਉੱਤੇ ਬੈੱਡ ਬਣਾ ਕੇ ਉਹਦਾ ਵਧੀਆ ਉਹ ਆਪਦਾ ਬੈਠੇ ਹੋਏ ਸੀ, ਸੂਰ ਦਸ ਪੰਦਰਾਂ ਸੂਰ ਸੀ। ਸਾ ਅਸੀਂ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਵੱਖ ਵੱਖ ਪਿੰਡਾਂ ਤੋਂ ਸਾਡੇ ਕਿਸਾਨ ਭਰਾ ਜਿਹੜੇ ਉਸ ਮੀਟਿੰਗ 'ਚ ਸ਼ਾਮਿਲ ਹੋਏ ਸੀਗੇ, ਅਤੇ ਜਿਹੜਾ ਲਗਾਤਾਰ ਪਿੰਡਾਂ ਦੇ ਵਿੱਚ ਸੂਰਾਂ ਦਾ ਇੱਕ ਵੱਡਾ ਕਹਿਰ ਜਿਹੜਾ ਹੈਗਾ ਸੀਗਾ, ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਟੁੱਟ ਰਿਹਾ ਸੀਗਾ, ਅਤੇ ਬਹੁਤ ਭਾਰੀ ਮਾਤਰਾ ਵਿੱਚ ਕਿਸਾਨਾਂ ਦਾ ਨੁਕਸਾਨ ਕਰ ਰਹੇ ਸੀਗੇ। ਜਿੱਥੇ ਤਾਂ ਪੰਜਾਬ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਨੂੰ ਰਾਹ ਦਿੱਤੀ ਸੀ ਵੀ ਜੇ ਤੁਹਾਡੀਆਂ ਫਸਲਾਂ ਦਾ ਨੁਕਸਾਨ ਇਹ ਜੰਗਲੀ ਸੂਰ ਕਰਦੇ ਨੇ ਜਿਹੜੇ ਪਾਕਿਸਤਾਨ ਨੂੰ ਕ੍ਰੋਸ ਹੋ ਕੇ ਆਏ ਨੇ, ਕਿਉਂਕਿ ਬਾਰਡਰ ਏਰੀਆ ਸਾਡਾ, ਅਤੇ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੇ, ਤੁਸੀਂ ਦੇਖਿਆ ਹੋਣਾ ਜੇ 2-3 ਕਿਸਾਨ ਇੱਦਾਂ ਦੇ ਸੀ ਜਿਨ੍ਹਾਂ ਦਾ ਭਾਰੀ ਮਾਤਰਾ ਵਿੱਚ ਨੁਕਸਾਨ ਕੀਤਾ ਸੀ ਇਸ ਸੂਰਾਂ ਨੇ, ਉਹਨਾਂ ਨੇ ਸੂਰ ਮਾਰੇ, ਅਤੇ ਜਿਹੜਾ ਸਾਡੇ ਦਾ ਇੱਥੇ ਦਾ ਮਹਿਕਮਾ ਜੀਵ ਰੱਖਿਆ ਮਹਿਕਮਾ, ਉਹਨਾਂ ਨੇ ਉਹਨਾਂ ਦੇ ਨਜਾਇਜ਼ ਪਰਚੇ ਕਰਤੇ, ਕਿਉਂਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਇਹਨਾਂ ਨੂੰ ਤੁਸੀਂ ਮਾਰ ਸਕਦੇ ਜੇ ਇਹ ਤਾਂ ਆਪਦੀ ਫਸਲ ਦੀ ਰਾਖੀ ਵਾਸਤੇ, ਦੂਜੇ ਪਾਸੇ ਪਰਚੇ ਕਰਦੇ। ਤੀਜਾ ਵੱਡਾ ਮੁੱਦਾ ਸੀ ਵਾਰਾ ਪਸ਼ੂਆਂ ਦਾ, ਵਾਰਾ ਪਸ਼ੂ ਜਿਹੜੇ ਸਾਡੇ ਹਬੋਰ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਹੋ ਗਏ ਆ, ਅਤੇ ਉਹਨਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ, ਕਿਉਂਕਿ ਹਰੇਕ ਚੀਜ਼ ਉੱਤੇ ਸਰਕਾਰ ਸਾਥੋਂ ਇਹਨਾਂ ਦੇ ਗਊ ਸੈੱਸ ਲੈ ਰਹੀ ਹੈ, ਗਊਆਂ ਦਾ ਟੈਕਸ ਲੈ ਰਹੀ ਹੈ, ਅਤੇ ਫਿਰ ਉਹਨਾਂ ਨੂੰ ਸਾਂਭ ਨਹੀਂ ਰਹੀ। ਇਸ ਮੈਟਰ 'ਤੇ ਇੱਕ ਸਾਡੇ ਦਾਣਾ ਮੰਡੀ ਦਾ ਮੈਟਰ ਸੀ ਜਿਹਦੇ ਵਿੱਚ ਕਿਸਾਨ ਦੀ ਹੁਣ ਝੋਨੇ ਦੀ ਫਸਲ ਆਉਣ ਵਾਲੀ ਆ, ਅਤੇ ਬਹੁਤ ਭਾਰੀ ਮਾਤਰਾ ਵਿੱਚ ਜੋ ਝੋਨਾ ਆਉਂਦਾ, ਅਤੇ ਸਾਡੇ ਜਿਹੜੇ ਇੱਥੇ ਵੱਗ ਮੁਸਲਮਾਨ ਭਰਾ ਬੈਠੇ ਹੋਏ ਨੇ ਉਹ ਗਾਵਾਂ ਦੇ ਵੱਗ ਲੈ ਕੇ ਆਉਂਦੇ ਨੇ, ਉਹ ਵਿੱਚ ਦੀ ਟਪਾਉਂਦੇ ਨੇ, ਅਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ, ਅਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਇਹਨਾਂ ਦੀ ਜਿਹੜੀ ਕੰਧਾਂ ਨੇ ਪ੍ਰੋਪਰ ਪੱਕੀਆਂ ਕਰਾਈਆਂ ਜਾਣ, ਅਤੇ ਕਿਸਾਨਾਂ ਦਾ ਝੋਨੇ ਦਾ ਨੁਕਸਾਨ ਨਾ ਹੋਵੇ। ਇਹ ਸਾਰੀਆਂ ਮੰਗਾਂ 'ਤੇ ਸਾਡੇ ਨਾਲ ਮੈਡਮ DC ਐਗਰੀ ਹੋ ਗਏ ਆ, ਉਹਨਾਂ ਨੇ ਸਾਥੋਂ ਕੁਛ 10-15 ਦਿਨਾਂ ਦਾ ਸਮਾਂ ਲਿਆ ਵੀ 10-15 ਦਿਨਾਂ ਦੇ ਵਿੱਚ ਸਾਡੇ ਸ਼ੈੱਡ ਸ਼ੁੱਡ ਜਿਹੜੇ ਕਿ ਤਿਆਰ ਕਰਕੇ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਤਾਦਾਦ 'ਤੇ ਡੰਗਰ ਬੈਠੇ ਹੋ ਅਸੀਂ ਜਲਦੀ ਕਾਬੂ ਕਰਾਂਗੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਬੋਰ ਦੇ ਵਿੱਚ ਜਿੰਨਾ ਵੀ ਪਿੰਡਾਂ ਦਾ ਏਰੀਆ, ਚਾਹੇ ਬੱਲੂਆਣੇ ਦਾ ਚਾਹੇ ਕਿੰਨਾ ਵੀ ਏਰੀਆ, ਉਹਦੇ 'ਚੋਂ ਸਾਰੇ ਜਿਹੜੇ ਹੈਗੇ ਆ ਡੰਗਰ ਅਸੀਂ ਕਵਰ ਕਰਾਂਗੇ। ਠੀਕ ਹੈ। ਅਗਲਾ ਉਹਨਾਂ ਨੇ ਇਹ ਵੀ ਅਸੀਂ ਉਹਨਾਂ ਨੂੰ ਦੱਸਿਆ ਸੀ ਜਿਹੜਾ ਬਾਰਡਰ ਹੈ ਸਾਡਾ ਰਾਜਸਥਾਨ ਨਾਲ ਕ੍ਰੋਸ ਹੁੰਦਾ, ਉੱਥੋਂ ਦੀ ਬਹੁਤੇ ਜ਼ਿਆਦਾ ਡੰਗਰ ਸਾਡੇ ਏਰੀਏ ਦੇ ਵਿੱਚ ਆ ਜਾਂਦੇ ਆ, ਉਹਨਾਂ ਨੇ ਇਸ ਗੱਲ 'ਤੇ ਇਹਨਾਂ ਨੇ ਕਿਹਾ ਵੀ ਅਸੀਂ ਵੀ ਕਹਿੰਦੇ ਹਾਂ ਤੁਸੀਂ ਇਸ ਲਈ SSP ਸਾਹਿਬ ਨੂੰ ਮਿਲੋ। ਅਸੀਂ ਬਰਾੜ ਸਾਹਿਬ ਨੂੰ ਵੀ ਮਿਲੇ ਹਾਂ, ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਕੱਲ੍ਹ ਤੋਂ ਹੀ ਉਹਨਾਂ ਨਾਕੇ ਜਿੱਥੇ ਸਾਡੇ ਲੱਗੇ ਪੈਟਰੋਲਿੰਗ ਚੱਲਦੀ, ਅਸੀਂ ਕੋਈ ਵੀ ਉੱਧਰੋਂ ਡੰਗਰ ਦੀ ਕ੍ਰੋਸਿੰਗ ਹੁੰਦੀ ਆ ਜਾਂ ਕੋਈ ਕਰਦਾ, ਅਸੀਂ ਉਹਦੇ 'ਤੇ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਉਹਨੂੰ ਠੱਲ ਦੇਣਾ। ਅੱਜ ਬਹੁਤ ਵਧੀਆ ਇਸ ਸਾਰੇ ਮਾਹੌਲ 'ਤੇ ਮੀਟਿੰਗ।